साडे लोगों नू बोली का महत्व ही नहीं पता कि साडे पंजाबियों नू हले ऐं लगता भी यार बोली भी कोई चीज है, बोली भी मर जाती हुंदी है। ये हालात साडे नाल वापर रहे हैं। अज दसवें नंबर ते आ पंजाबी, 700 बोली पूरी दुनिया च बोली जाती है, बहुत उच्चा स्थान है साडा, 13-14 करोड़ बंदा अज पंजाबी बोलता है। पर की असी बोलण तक सीमित रह जाएंगे, लिखना भुल जाएंगे, व्याकरण भुल जाएंगे, लिपि भुल जाएंगे, असं उधर नू वध रहे हैं। हुण दसवीं च पढ़ते जवाक ने स्कूलों च, पिंडां दे नौ नहीं पंजाबी च लिखने आउंदे, एका दूआ बिल्कुल खत्म करता स्कूलों चो, पहाड़े खत्म करते। मैं कहना बोली नू किसे धर्म नाल ना जोड़ो, बोली सिख हिंदू ते मुसलमान सब दी सांझी बोली है। 7-8 करोड़ तां पाकिस्तान च बैठा पंजाबी साडे पंजाबी बोलदे ने, उधर उर्दू ने मार ले, उहो उधर भी लोगों नू समझ नहीं पई हुई, उधर भी भूत सवार है लोगों के उर्दू का, ते इधर लोगों ने साडे घरां च हिंदी का ट्रेंड चला लिया, घरां दे विच अंग्रेजी का चला लिया। मैं कहना जो मर्जी, मैं फिर कहना बोली हर सीखनी चाहिए, बोलनी चाहिए, बशर्ते मैं गल कहना, मैं दुनिया के जेडे बड़े बड़े विद्वान है, मैं ठिक ठोक के गल कहना कि साडी बोली का किसी बोली को तोड़ नहीं है। जिनी वन संबंधता, जिनी जान या जिनी जिन्ना दम साडी बोली च है, दुनिया की किसी बोली च नहीं है। कोई बंदा मेरे नाल आके इस गल से बहस कर सकता है भी हाँ आ बोली थोड़ी बोली नालों बेहतर? मैं यही गल, साडे लोगों नू बोली का महत्व ही नहीं पता। ਵੱਡੀ ਗੱਲ ਇਹ ਹੁੰਦੀ ਹੈ ਕਿ ਸਾਡੇ ਪੰਜਾਬੀਆਂ ਨੂੰ ਹਲੇ ਐਂ ਲੱਗਦਾ ਵੀ ਯਾਰ ਬੋਲੀ ਵੀ ਕੋਈ ਚੀਜ਼ ਆ, ਬੋਲੀ ਵੀ ਮਰ ਜਾਂਦੀ ਹੁੰਦੀ ਹੈ। ਤੁਹਾਨੂੰ ਮੈਂ ਗੱਲ ਦੱਸਦਾ, ਮੈਂ ਇੱਕ ਕਹਾਣੀ ਪੜ੍ਹ ਰਿਹਾ ਸੀ ਕਿਸੇ ਬੰਦੇ ਦੀ। ਦੇਖੋ ਇੱਥੇ ਹਜ਼ਾਰਾਂ ਬੋਲੀਆਂ ਲੋਪ ਹੋ ਗਈਆਂ, ਬਹੁਤ ਬੋਲੀਆਂ ਖਤਮ ਹੋ ਗਈਆਂ ਪੰਜਾਬ ਦੇ ਵਿੱਚੋਂ, ਆਪ ਪੂਰੀ ਦੁਨੀਆ ਦੇ ਵਿੱਚੋਂ। ਉਹ ਮੈਂ ਉਹਦੇ ਇਨਸਾਨ ਦੀ ਕਹਾਣੀ ਪੜ੍ਹ ਰਿਹਾ ਸੀ ਕਿ ਹੌਲੀ 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 ਉਹਦੀ ਬੋਲੀ ਮਰਦੀ ਗਈ, ਮਰਦੀ ਗਈ, ਮਰਦੀ ਗਈ, ਅਤੇ ਉਹ ਬੋਲੀ ਅਖੀਰ ਦੇ ਉੱਤੇ ਇਕੱਲਾ ਰਹਿ ਗਿਆ ਬੋਲਣ ਵਾਲਾ। ਅਖੀਰ ਨੂੰ ਇਹਦਾ ਕੋਈ ਉਹਦੀ ਪੂਰੀ ਗੱਲਬਾਤ ਨਾ ਸੁਣੇ, ਉਹ ਬੋਲੇ ਵਿਚਾਰਾ, ਉਹਦੀ ਕੋਈ ਸਮਝ ਨਾ ਆਵੇ ਕਿਸੇ ਨੂੰ, ਤਾਂ ਉਹ ਕੰਧਾਂ 'ਚ ਟੱਕਰਾਂ ਮਾਰ ਮਾਰ ਕੇ ਕਮਲਾ ਹੋ ਗਿਆ। ਇਹ ਹਾਲਾਤ ਸਾਡੇ ਨਾਲ ਵਾਪਰ ਰਹੇ ਆ। ਅੱਜ ਦਸਵੇਂ ਨੰਬਰ 'ਤੇ ਆ ਪੰਜਾਬੀ, 700 ਬੋਲੀ ਪੂਰੀ ਦੁਨੀਆ 'ਚ ਬੋਲੀ ਜਾਂਦੀ ਹੈ, ਬਹੁਤ ਉੱਚਾ ਸਥਾਨ ਆ ਸਾਡਾ, 13-14 ਕਰੋੜ ਬੰਦਾ ਅੱਜ ਪੰਜਾਬੀ ਬੋਲਦਾ। ਪਰ ਕੀ ਅਸੀਂ ਬੋਲਣ ਤੱਕ ਸੀਮਿਤ ਰਹਿ ਜਾਵਾਂਗੇ, ਲਿਖਣਾ ਭੁੱਲ ਜਾਵਾਂਗੇ, ਵਿਆਕਰਨ ਭੁੱਲ ਜਾਵਾਂਗੇ, ਲਿਪੀ ਭੁੱਲ ਜਾਵਾਂਗੇ, ਅਸੀਂ ਉਧਰ ਨੂੰ ਵੱਧ ਰਹੇ ਹਾਂ। ਹੁਣ ਦਸਵੀਂ ਚ ਪੜ੍ਹਦੇ ਜਵਾਕ ਨੇ ਸਕੂਲਾਂ ਚ, ਪਿੰਡਾਂ ਦੇ ਨੌ ਨਹੀਂ ਪੰਜਾਬੀ ਚ ਲਿਖਣੇ ਆਉਂਦੇ, ਏਕਾ ਦੂਆ ਬਿਲਕੁਲ ਖਤਮ ਕਰਤਾ ਸਕੂਲਾਂ ਚੋਂ, ਪਹਾੜੇ ਖਤਮ ਕਰਤੇ। ਇੱਕ ਬਹੁਤ ਵੱਡੀ ਸਾਜਿਸ਼ ਆ ਜਿਹਦੇ ਨਾਲ ਸਾਡੀ, ਮੈਂ ਕਹਿੰਦਾ ਬੋਲੀ ਨਹੀਂ ਮਰਨੀ। ਸਭ ਤੋਂ ਵੱਡੀ ਜੇ ਆਪਾਂ, ਮੈਂ ਕਹਿੰਦਾ ਬੋਲੀ ਨੂੰ ਕਿਸੇ ਧਰਮ ਨਾਲ ਨਾ ਜੋੜੋ, ਬੋਲੀ ਸਿੱਖ ਹਿੰਦੂ ਤੇ ਮੁਸਲਮਾਨ ਸਭ ਦੀ ਸਾਂਝੀ ਬੋਲੀ ਹੈ। 7-8 ਕਰੋੜ ਤਾਂ ਪਾਕਿਸਤਾਨ ਚ ਬੈਠਾ ਪੰਜਾਬੀ ਸਾਡੇ ਪੰਜਾਬੀ ਬੋਲਦੇ ਨੇ, ਉਧਰ ਉਰਦੂ ਨੇ ਮਾਰ ਲਏ, ਉਹ ਉਧਰ ਉਰਦੂ ਦਾ ਬੜਾ ਟ੍ਰੈਂਡ ਆ, ਮਾਹੌਲ ਹੈ, ਉਧਰ ਸ਼ਹਿਰਾਂ ਵਾਲੇ, ਲਾਹੌਰ ਵਾਲੇ, ਕਰਾਚੀ ਵਾਲੇ ਉਰਦੂ ਬੋਲਦੇ ਆ, ਉਹ ਪੰਜਾਬੀ ਨੂੰ ਹੁੰਜੇ ਲਾਈ ਜਾਂਦੇ ਆ, ਉਧਰ ਸਕੂਲਾਂ 'ਚ ਪੜ੍ਹਨ 'ਤੇ ਵੀ ਰੋਕਿਆ ਜਾਂਦਾ। ਇੱਧਰ ਹਲੇ ਮਾੜਾ ਮੋਟਾ ਜਦੋਂ ਲੜਦੇ ਆ, ਸੰਘਰਸ਼ ਕਰਦੇ ਆ ਲੋਕ, ਮੈਂ ਧੰਨਵਾਦ ਕਰੂੰਗਾ ਲਛਮਣ ਸਿੰਘ ਗਿੱਲ ਦਾ, ਜਿਹੜੇ 9 ਮਹੀਨੇ ਪੰਜਾਬ ਦੇ ਮੁੱਖ ਮੰਤਰੀ ਰਹੇ ਅਤੇ ਜਿਨ੍ਹਾਂ ਨੇ ਬਹੁਤ ਵੱਡਾ ਕੰਮ ਕਰਕੇ ਗਏ ਉਦੋਂ ਬੋਲੀ ਦੇ ਲਈ। ਉਹਨਾਂ ਦੀ ਬਦੌਲਤ ਅੱਜ ਕਾਨੂੰਨ ਬਣਿਆ 1967 ਦੇ ਵਿੱਚ, ਅਤੇ ਅੱਜ ਉਹ ਮਾੜਾ ਮੋਟਾ ਇਸ ਸਾਡੇ ਜਿਹੜੇ ਲਹਿੰਦੇ ਪੰਜਾਬ ਦੇ, ਚੜ੍ਹਦੇ ਪੰਜਾਬ ਦੇ ਵਿੱਚ ਆਉਂਦੀ ਹੈ। ਲਹਿੰਦੇ ਪੰਜਾਬ ਦੇ ਉਦੋਂ ਮਾੜਾ ਹਾਲ ਹੈ, ਪਰ ਉੱਧਰ ਵੀ ਜਿਹੜੇ ਪੰਜਾਬੀ ਪ੍ਰੇਮੀ ਨੇ ਉਹ ਵਿਚਾਰੇ ਰੌਲਾ ਪਾ ਰਹੇ ਨੇ, ਸੰਘਰਸ਼ ਕਰ ਰਹੇ ਨੇ, ਲੋਕਾਂ ਨੂੰ ਇਕੱਠੇ ਕਰ ਰਹੇ ਨੇ, ਉੱਧਰ ਵੀ ਲੋਕਾਂ ਨੂੰ ਸਮਝ ਨਹੀਂ ਪਈ ਹੋਈ, ਉੱਧਰ ਵੀ ਭੂਤ ਸਵਾਰ ਹੈ ਲੋਕਾਂ ਦੇ ਉਰਦੂ ਦਾ, ਅਤੇ ਇੱਧਰ ਲੋਕਾਂ ਨੇ ਸਾਡੇ ਘਰਾਂ 'ਚ ਹਿੰਦੀ ਦਾ ਟ੍ਰੈਂਡ ਚਲਾ ਲਿਆ ਅਤੇ ਘਰਾਂ ਦੇ ਵਿੱਚ ਅੰਗਰੇਜ਼ੀ ਦਾ ਚਲਾ ਲਿਆ। ਮੈਂ ਕਹਿੰਦਾ ਜੋ ਮਰਜ਼ੀ, ਮੈਂ ਫਿਰ ਕਹਿੰਦਾ ਬੋਲੀ ਹਰ ਸਿੱਖਣੀ ਚਾਹੀਦੀ ਹੈ, ਬੋਲਣੀ ਚਾਹੀਦੀ ਆ, ਬਸ਼ਰਤੇ ਮੈਂ ਗੱਲ ਕਹਿੰਦਾ, ਮੈਂ ਦੁਨੀਆ ਦੇ ਜਿਹੜੇ ਵੱਡੇ ਵੱਡੇ ਵਿਦਵਾਨ ਹੈ, ਮੈਂ ਠਿੱਕ ਠੋਕ ਕੇ ਗੱਲ ਕਹਿੰਦਾ ਕਿ ਸਾਡੀ ਬੋਲੀ ਦਾ ਕਿਸੇ ਬੋਲੀ ਕੋਲੇ ਤੋੜ ਨਹੀਂ ਹੈਗਾ। ਜਿੰਨੀ ਵਨ ਸੰਬੰਧਤਾ, ਜਿੰਨੀ ਜਾਨ ਜਾਂ ਜਿੰਨੀ ਜਿੰਨਾ ਦਮ ਸਾਡੀ ਬੋਲੀ 'ਚ ਹੈ, ਦੁਨੀਆ ਦੀ ਕਿਸੇ ਬੋਲੀ 'ਚ ਨਹੀਂ ਹੈਗਾ। ਕੋਈ ਬੰਦਾ ਮੇਰੇ ਨਾਲ ਆ ਕੇ ਇਸ ਗੱਲ 'ਤੇ ਬਹਿਸ ਕਰ ਸਕਦਾ ਵੀ ਹਾਂ ਆਹ ਬੋਲੀ ਤੁਹਾਡੀ ਬੋਲੀ ਨਾਲੋਂ ਬਿਹਤਰ ਆ।